ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਲਓ ਦੋਸਤੋ ਹਾਜ਼ਰ ਆ ਸਵੀਆ ਪੁਲੀਆ ਲੈ ਕੇ ਤੁਹਾਡੇ ਆਸਤੇ ਅੱਜ ਹੋ ਗਈ ਆ 9 ਜੁਲਾਈ 2022 ਤੇ ਦਿਨ ਸ਼ਨੀਵਾਰ ਹਾਜ਼ਰ ਨੂੰ ਲੈ ਕੇ ਇਟਲੀ ਦੀਆਂ ਪਿਛਲੇ 24 ਘੰਟੇ ਦੀਆਂ ਅਪਡੇਟ ਤੇ ਹੋਰ ਆਸੇ ਪਾਸੇ ਦੀ ਜਾਣਕਾਰੀ ਇਟਲੀ ਦੇ ਬੌਨਸ ਇਮੀਗ੍ਰੇਸ਼ਨ ਦੀ ਜਾਣਕਾਰੀ ਤੇ ਸਭ ਤੋਂ ਪਹਿਲਾਂ ਦੋਸਤੋ ਕੇਸਾਂ ਦੇ ਮਾਰਦਿਆਂ ਨੇ ਕਿ ਇਟਲੀ ਦੇ ਵਿੱਚ ਜਿਹੜਾ ਕੰਮ ਖਰਾਬ ਹੁੰਦਾ ਜਾ ਰਿਹਾ ਲਗਾਤਾਰ ਦੇਉਂਦਣਾ ਕੇਸ ਆ ਜਿਹੜੇ ਵਧੇ ਜਾ ਰਹੇ ਆ ਇਨਾ ਕੇਸ ਵਧਦੇ ਕੇਸਾਂ ਦਾ ਅਸਰ ਦੋਸਤੋ ਜਿਹੜੇ ਮੇਰੇ ਵੀਰ ਇੰਡੀਆ ਤੋਂ ਵੀ ਆਉਣੇ ਆ ਉਹਨਾਂ ਤੇ ਵੀ ਪਊਗਾ ਤੇ ਜਿਹੜੇ ਛੁੱਟੀਆਂ ਵਗੈਰਾ ਕੱਟਣ ਗਏ ਆ ਤੇ ਜਿਹੜੇ ਜਿਨੇ ਜਾਣਾ ਉਹਨਾਂ ਤੇ ਵੀ ਅਸਰ ਇਹਦਾ ਪੈ ਸਕਦਾ ਕਿਉਂਕਿ ਜਸ ਆਪਣਾ ਕੇਸ ਵਧਦੇ ਆ ਸਰਕਾਰ ਕੋਈ ਨਾ ਕੋਈ ਐਕਸ਼ਨ ਇਹ ਤੇ ਕੋਈ ਨਾ ਕੋਈ ਪਾਬੰਦੀਆਂ ਫਿਰ ਦੁਬਾਰਾ ਤੋਂ ਅਪਲਾਈ ਕਰ ਸਕਦੀ ਆ ਕਿਉਂਕਿ ਜਿਵੇਂ ਪਿਛਲੇ 24 ਘੰਟਿਆਂ ਦੇ ਵਿੱਚ ਕੇਸ ਆਏ ਆ 1,06,090 ਕੇਸ ਆਏ ਆ 105 ਬੰਦਿਆਂ ਦੀ ਹੋਈ ਹੈ ਮੌਤ ਤੇ 3,73,874 ਟੈਸਟ ਕੀਤੇ ਗਏ ਦੋਸਤੋ 100 ਦੀ ਪੋਰਟਾ ਜਿਹੜੀ 27.1 ਚੱਲ ਰਹੀ ਹੈ ਤੇ 53,233 ਬੰਦੇ ਠੀਕ ਵੀ ਹੋਏ ਆ ਤੇ ਸਭ ਤੋਂ ਵੱਧ ਕੇਸ ਜਿਹੜੇ ਆਏ ਆ ਲੁੰਬਾਰਦੀਆ ਚ ਆਏ ਆ ਦੋਸਤੋ 12,500 ਤੇ 8 ਕੇਸ ਲੁੰਬਾਰਦੀਆ ਚ ਆਇਆ ਤੇ ਸਭ ਤੋਂ ਘੱਟ ਆ ਜਿਹੜੇ ਕੇਸ ਨਿਕਲੇ ਆ ਵਾਲੇ ਦੀ ਆਸਤਾ 166 ਕੇਸੀ ਜਿਹਦੇ ਵਿੱਚ ਆਏ ਆ ਨੋ ਦੋਸਤੋ ਇੱਥੇ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਐਕਸ਼ਨ ਜ਼ਰੂਰ ਲਾਊਗੀ ਕੋਈ ਨਾ ਕੋਈ ਪਾਬੰਦੀਆਂ ਤਾਂ ਜ਼ਰੂਰ ਲਾਊਗੀ ਤਵੇ ਦੇਖਦੇ ਆ ਕੀ ਮੰਦਾ ਕੀ ਨਹੀਂ ਤੇ ਅੱਗੇ ਚੱਲਦੇ ਅੱਗੇ ਦੋਸਤੋ ਗੱਲ ਕਰਨੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਪਹਿਲੀ ਅਪਡੇਟ ਸੈਨੀਓ ਓਨਿਕੋ ਦੀ ਸੈਨੀਓ ਓਨਕੋ ਦੀ ਗੱਲ ਕਰਦੇ ਆ ਵੀ ਬੀਤੇ ਕੱਲ ਅੱਠ ਜਾਇ ਨੂੰ ਕੱਲ ਜਿਹੜੀ ਪੇਮੈਂਟ ਜਿਹੜੀ ਆਉਣ ਦੇ ਮੈਸੇਜ ਮੇਰੇ ਵੀਰਾਂ ਨੂੰ ਆ ਚੁੱਕੇ ਹੋਣਗੇ ਕਿਉਂਕਿ ਪੇਮੈਂਟ ਜਿਹੜੀ ਨਿਕਲ ਚੁੱਕੀ ਆ ਸੈਣੀਓ ਓਨ ਕੋ ਦੀ ਤੇ ਮੈਸੇਜ ਤੁਸੀਂ ਸਾਹਮਣੇ ਸਕਰੀਨ ਤੇ ਵੇਖ ਵੀ ਰਹੇ ਆ ਮੈਸੇਜ ਕਿਸ ਤਰ੍ਹਾਂ ਦਾ ਆਉਂਦਾ ਹੁੰਦਾ ਈਓ ਐਪ ਤੇ ਤੇ ਇਹ ਤੁਸੀਂ ਆਪੋ ਆਪਣੇ ਈਓ ਐਪ ਤੇ ਜਾ ਕੇ ਚੈੱਕ ਵੀ ਕਰ ਸਕਦੇ ਆ ਮੈਸੇਜ ਵੀ ਇਦਾਂ ਦਾ ਹੁੰਦਾ ਇਹਦਾ ਲਿਖਿਆ ਹੁੰਦਾ ਵੀ ਵੀ ਤੁਹਾਡਾ ਜਿਹੜਾ ਸੈਣੀਓ ਓਨ ਕੱਜ ਐਮਪਸ ਵੱਲੋਂ ਨਿਕਲ ਚੁੱਕਾ ਤੇ ਜਿਵੇਂ ਮੈਸੇਜ ਦੇ ਵੇਖ ਰਹੇ ਆ ਫੋਟੋ ਦੇ ਵਿੱਚ ਲਿਖਿਆ ਵੀ 14 ਤਰੀਕ ਤੱਕ ਤੁਹਾਡੇ ਖਾਤੇ ਵਿੱਚ ਜਿਹੜੀ ਪੇਮੈਂਟ ਆ ਜਾਵੇਗੀ ਮਤਲਬ 14 13 ਨੂੰ ਵੀ ਆ ਸਕਦੀ ਹੈ 12 ਨੂੰ ਵੀ ਤੇ 14 ਨੂੰ ਵੀ ਤੋਂ ਦੋਸਤੋ ਇੱਥੇ ਇਹ ਯੂ ਐਪ ਤੇ ਜਾ ਕੇ ਤੁਸੀਂ ਸਾਰੇ ਮੇਰੇ ਵੀ ਚੈੱਕ ਕਰਿਆ ਕਰੋ ਤੁਹਾਨੂੰ ਮੈਸੇਜ ਯੂ ਐਪ ਜੇ ਡਾਊਨਲੋਡ ਕੀਤੀ ਆ ਤਾਂ ਉਹਦੇ ਤੇ ਮੈਸੇਜ ਇਹ ਪਹਿਲਾਂ ਆ ਜਾਂਦੇ ਬਾਕੀ ਬਾਕੀ ਪੇਮੈਂਟ ਜਿਹੜੀ ਆਉਣੀ ਆ ਉਹਦੀ ਮੈਂ ਡੇਟਾ ਦੱਸ ਦਿੰਦਾ ਤੁਹਾਨੂੰ ਤੇ ਜਿਹੜੀ ਇੱਕ ਤਾਂ ਇਹ ਆਉਣੀ ਸੀ ਇੱਕ ਜਿਹੜੇ ਮੇਰੇ ਵੀਰਾਂ ਦੀ ਮਈ ਦੀ ਪੇਮੈਂਟ ਹਜੇ ਬਕਾਇਆ ਖੜੀ ਆ ਅਸੈਨਿਓ ਓਨਕੋ ਦੀ ਉਹਨਾਂ ਦੀ ਪੇਮੈਂਟ ਬੀਤੇ ਕੱਲ ਆ ਗਈ ਹੋਣੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਪੇਮੈਂਟ ਆ ਗਈ ਹੋਣੀ ਹੈ ਜਾਂ ਮੈਸੇਜ ਆ ਗਿਆ ਹੋਣਾ ਤੇ 11 ਜੁਲਾਈ ਨੂੰ ਪੇਮੈਂਟ ਆਉਣੀ ਹੈ ਜਿਹੜੀ ਅਸੈਨਿਓ ਓਨਕੋ ਆਧੀ ਆ ਤੇ ਜਿਨ੍ਹਾਂ ਦਾ ਜੂਨ ਦਾ ਬਕਾਇਆ ਪਿਆ ਜਿਨ੍ਹਾਂ ਨੂੰ ਜੂਨ ਦੇ ਪੈਸੇ ਨਹੀਂ ਮਿਲੇ ਉਹਨਾਂ ਨੂੰ 11 ਜੁਲਾਈ ਨੂੰ ਇਹਦੀ ਪੇਮੈਂਟ ਮਿਲ ਜਾਣੀ ਹੈ ਤੇ 12 ਜਾਂ 13 ਜੁਲਾਈ ਨੂੰ ਪੇਮੈਂਟ ਆਉਣੀ ਹੈ ਜਿਨ੍ਹਾਂ ਦੇ ਜੁਲਾਈ ਦੀਏ ਜਿਹੜੇ ਵੀ ਰੈਟੋ ਦੀ ਚੇਤਾ ਦੀ ਨਾਂਸਰ ਨਹੀਂ ਲੈ ਰਹੇ ਉਹਨਾਂ ਦੀ 12 ਜਾਂ 13 ਜੂਨ ਤੋਂ ਜੁਲਾਈ ਨੂੰ ਜੇ ਮੈਂ ਤੁਹਾਨੂੰ ਪਹਿਲਾਂ ਨਹੀਂ ਦੱਸ ਕੇ ਛੱਡਿਆ ਆ ਵੀ ਇਹ ਜਿਹੜਾ ਮੈਸੇਜ ਵਿਖਾਇਆ ਸੀਗਾ ਇਹਨਾਂ ਦੀ ਲਾਸਟ 14 ਤਰੀਕ ਲਿਖੀ ਆ 12 13 ਤਰੀਕ ਨੂੰ ਇਹਨਾਂ ਦੇ ਪੇਮੈਂਟ ਖਾਤਿਆਂ ਦੇ ਵਿੱਚ ਆ ਜਾਣੀ ਆ ਤੇ 16 ਜੁਲਾਈ ਨੂੰ ਪੇਮੈਂਟ ਆਉਣੀ ਆ ਸੈਨੀਓਨ ਕੋਲ ਦੀ ਜਿਹੜੇ ਰੈਟੋ ਦੀ ਚੇਤਾ ਦੀ ਨਾਂਸਰ ਲੈ ਰਹੇ ਆ ਤੇ ਉਹਨਾਂ ਨੇ ਏਯੂ ਫਾਰਮ ਜਿਹੜਾ ਉਹ ਜੂਨ ਦੇ ਵਿੱਚ ਭਰ ਕੇ ਦਿੱਤਾ ਵਿਆ ਉਹਨਾਂ ਦੀ 16 ਤਰੀਕ ਨੂੰ ਪੇਮੈਂਟ ਆਉਣੀ ਆ ਤੇ 27 ਤੋਂ ਲੈ ਕੇ 30 ਜੁਲਾਈ ਤੱਕ ਜਿਹਦੀ ਪੇਮੈਂਟ ਆਉਣੀ ਹੈ ਇਹ ਸੈਨੀਓ ਬਕਾਇਆ ਜਿਹੜਾ ਜੂਨ ਦਾ ਉਹ 27 ਤੋਂ ਲੈ ਕੇ ਤੇ 30 ਜੂਨ ਤੱਕ ਖਾਤਿਆਂ ਦੇ ਵਿੱਚ ਆ ਜਾਣਾ ਅੱਗੇ ਨਵੀਂ ਅਪਡੇਟ ਨਵੀਂ ਅਪਡੇਟ ਗਵਰਨਮੈਂਟ ਲੰਗਵਾ ਰਹੀ ਹੈ ਇੱਥੋਂ ਦੇ ਜਿਹੜੇ ਮੇਰੇ ਵੀਰ ਸੰਦੇ ਆ ਜਿਹੜਾ ਨਵਾਂ ਕਾਨੂੰਨ ਆ ਜਿਹੜਾ ਗਵਰਨਮੈਂਟ ਬਣਾ ਰਹੀ ਹੈ ਉਹਦਾ ਨਾਮ ਹੈਗਾ ਮਤਲਬ ਉਹਨੂੰ ਕਹਿੰਦੇ ਆਪਾਂ ਸਲਾਰੀਓ ਮੀਨੀਓ ਵਿਜਸਤ ਸਰਕਾਰ ਜਿਹੜਾ ਹੈ ਨਵਾਂ ਪਲੰਦਾ ਤਿਆਰ ਕਰ ਰਹੀ ਹੈ ਨਵੀਂ ਰਣਨੀਤੀ ਤਿਆਰ ਕਰ ਰਹੀ ਹੈ ਮਹਿੰਗਾਈ ਨੂੰ ਵੇਖਦੇ ਹੋਏ ਜਿਵੇਂ ਕਿ ਮਹਿੰਗਾਈ ਹੁਣ ਵਧੀ ਜਾਂਦੀ ਹੈ ਉਸ ਹਿਸਾਬ ਨਾਲ ਸਰਕਾਰ ਨੂੰ ਵੀ ਪਤਾ ਕਿਉਂਕਿ ਉਹ ਭੁੱਲੀ ਨਹੀਂ ਗਈ ਵੀ ਤਨਖਾਹਾਂ ਘਟਾ ਤੇ ਇਸ ਹਿਸਾਬ ਨਾਲ ਰਣਨੀਤੀ ਕੋਈ ਬਣਾ ਰਹੀ ਹੈ ਵੀ ਤਨਖਾਹਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਤਨਖਾਹਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਮਤਲਬ ਜਿਵੇਂ ਘੰਟੇ ਦੇ ਪੈਸੇ ਮਿਲਦੇ ਉਸ ਹਿਸਾਬ ਨਾਲ ਘੰਟਿਆਂ ਦੇ ਇਹ ਪੈਸੇ ਨਾਲ ਵਿੱਚ ਵੀ ਵਾਧਾ ਹੋ ਸਕਦਾ ਤੇ ਤਨਖਾਹਾਂ ਦੇ ਵਿੱਚ ਆਟੋਮੈਟਿਕ ਹੋ ਹੀ ਜਾਣਾ ਤੇ ਅੱਗੇ ਦੋਸਤੋ ਅੱਗੇ ਮੈਂ ਗੱਲ ਕਰਦਾ ਅੱਗੇ ਇੱਕ ਮੈਂ ਵੀਡੀਓ ਤੁਹਾਡੇ ਨਾਲ ਵੀਡੀਓ ਚਲਾ ਰਿਹਾ ਤੇ ਉਹ ਤੁਸੀਂ ਮੇਰੇ ਵੀਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਮਾਣੋ ਉਹਦਾ ਪੁੱਤ ਮਿਲ ਜੇ ਇਹ ਵੀਡੀਓ ਤੁਸੀਂ ਆਪੇ ਹੀ ਵੇਖ ਲਓ ਮੈਂ ਕੁਝ ਨਹੀਂ ਬੋਲਾਂਗਾ ਤੇ ਸ਼ੇਅਰ ਕਰਨੀ ਇਨਸਾਨੀਅਤ ਦੇ ਨਾਤੇ ਤੁਹਾਡਾ ਫਰਜ਼ ਆ ਠੀਕ ਆ ਜੇ ਨਹੀਂ ਸ਼ੇਅਰ ਕਰਨੀ ਤਾਂ ਵੀ ਤੁਹਾਡੀ ਮਰਜ਼ੀ ਆ ਪੇਪਰ ਆ ਵਿਖੋ ਵੀਡੀਓ ਫਿਰ ਅਗਲੀ ਅਪਡੇਟ ਤੱਕ ਜਾਂਦੇ ਆ 21 ਤੋਂ 22 ਸਾਲ ਨਾਮ ਹਰਜੋਤ ਸਿੰਘ 1 ਜੁਲਾਈ ਦਿਨ ਸ਼ੁੱਕਰਵਾਰ ਰਾਤ ਦਾ ਸਮਾਂ ਆਪਣੇ ਘਰ ਤੋਂ ਗਾਇਬ ਹੋ ਗਿਆ ਪੁਰਤਗਾਲ ਦੇ ਅੰਦਰ ਇਸ ਨੇ ਥੋੜੇ ਦਿਨਾਂ ਦੇ ਵਿੱਚ ਆਪਣੇ ਪੇਪਰ ਬਣਾਉਣ ਵਾਸਤੇ ਸਪੇਨ ਆਉਣਾ ਸੀ ਤੇ ਅਚਾਨਕ 1 ਜੁਲਾਈ ਦੀ ਰਾਤ ਨੂੰ ਇਹ ਆਪਣੇ ਘਰ ਤੋਂ ਗਾਇਬ ਹੋ ਜਾਂਦਾ ਹੈ ਪਰਿਵਾਰ ਨੂੰ ਜਾਂ ਯਾਰਾਂ ਦੋਸਤਾਂ ਨੂੰ ਜਿਹੜੇ ਕੰਮ ਕਰਨ ਵਾਲੇ ਨਾਲ ਆ ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਦਾ ਇਹ ਗਿਆ ਕਿੱਥੇ ਆ ਅੱਗੇ ਤੁਹਾਡੀ ਮਦਦ ਨਾਲ ਬਹੁਤ ਸਾਰੇ ਇਦਾਂ ਦੇ ਕੇਸ ਹੱਲ ਕੀਤੇ ਆ ਤੇ ਜਰੂਰ ਇਸ ਵੀਡੀਓ ਨੂੰ ਗਲੋਬਲ ਵਾਲੇ ਵੀਰ ਟੈਕਸੀ ਵਾਲੇ ਵੀਰ ਜਿੰਨੇ ਵੀ ਗਰੁੱਪ ਬਣੇ ਆ ਪੁਰਤਗਾਲ ਇਟਲੀ ਸਪੇਨ ਯੂਰਪ ਦੇ ਜਿਹੜੇ ਆਪਣੇ ਆ ਉਹਨਾਂ ਦੇ ਵਿੱਚ ਸ਼ੇਅਰ ਕਰੋ ਹੋ ਸਕਦਾ ਕਿਸੇ ਨੇ ਇਹਨੂੰ ਕਿਸੇ ਸੜਕ ਦੇ ਜਰੂਰ ਦੇਖਿਆ ਹੋਊਗਾ ਤੇ ਹੋ ਸਕਦਾ ਕਿਸੇ ਗੱਲੋਂ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਕਰ ਸਕਦਾ ਜਾਂ ਨਹੀਂ ਹੋ ਰਿਹਾ 0034615465235 ਤੇ ਸ਼ੇਅਰ ਕਰੋ ਡਿਊਟ ਕਰੋ ਵੀਡੀਓ ਨੂੰ ਤੇ ਲੱਭਣ ਵਿੱਚ ਤੁਹਾਡੀ ਸਾਡੀ ਸਹਾਇਤਾ ਕਰੋ ਸੋ ਇਹ ਦੋਸਤੋ ਵੀਡੀਓ ਸੀ ਕਿ ਇਹ ਮੁੰਡਾ ਲਾਪਤਾ ਹੋਇਆ ਵੈ ਜਿਹੜਾ ਪੁਰਤਗਾਲ ਤੋਂ ਤੇ ਜਿਹੜੇ ਵੀ ਮੇਰੇ ਵੀਰ ਸੁਣਦੇ ਆ ਪੁਰਤਗਾਲ ਵਾਲੇ ਵੀ ਜਾਂ ਇੰਡੀਆ ਵਾਲੇ ਵੀ ਜਿਨ੍ਹਾਂ ਦੇ ਪੁਰਤਗਾਲ 'ਚ ਆ ਮੇਰੇ ਵੀਰ ਸ਼ੇਅਰ ਕਰ ਸਕਦੇ ਆ ਇਨਸਾਨੀਅਤ ਦੇ ਨਾਤੇ ਤਾਂ ਕਿ ਕਹੇ ਮਾਨ ਉਹਦਾ ਪੁੱਤ ਮਿਲ ਸਕੇ ਅੱਗੇ ਗੱਲ ਕਰਦੇ ਆ ਇਹ ਕੁਦਰਤ ਦੇ ਰੰਗਾਂ ਦੀ ਬਈ ਵੇਖ ਲੋ ਇੱਕ ਪਾਸੇ ਆ ਦੋਸਤੋ ਵੀ ਜੇ ਇੱਕ ਪਾਸੇ ਸੁੱਕਾ ਪਿਆ ਹੋਇਆ ਜਿਵੇਂ ਇਟਲੀ ਦੇ ਵਿੱਚ ਸੁੱਕਾ ਪਿਆ ਦੂਜੇ ਪਾਸੇ ਡੋਬਾ ਪਿਆ ਹੋਇਆ ਆ ऑस्ट्रेलिया ਦੇ ਵਿੱਚ ऑस्ट्रेलिया ਦੇ ਜੋ ਵਿੱਚ ਹੜ ਆਏ ਵੇ ਆ ਤੇ ਉੱਥੇ ਲੋਕਾਂ ਨੂੰ ਮਤਲਬ ਘਰ ਆ ਆਪਣੇ ਛੱਡਣ ਲਈ ਗਵਰਨਮੈਂਟ ਨੇ ਕਹਿਤਾ ਤੇ ਬਾਕੀ ਜਿਹੜੇ ਘਰ ਡੁੱਬੇ ਵੇ ਆ ਤੇ ਉਥੋਂ ਰੈਸਕਿਊ ਆਪਰੇਸ਼ਨ ਚੱਲਿਆ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿੱਥੇ ਇੱਕ ਪਾਸੇ ਗਰਮੀ ਨਾਲ ਮੌਤਾਂ ਹੋ ਰਹੀਆਂ ਗਰਮੀ ਨਾਲ ਮੌਤਾਂ ਜਾਪਾਨ ਦੇ ਵਿੱਚ ਗਰਮੀ ਨਾਲ ਮੌਤਾਂ ਹੋ ਰਹੀਆਂ ਤੇ ਦੂਜੇ ਪਾਸੇ ਆਸਟ੍ਰੇਲੀਆ ਦੇ ਵਿੱਚ ਠੰਡ ਦਾ ਕਹਿਰ جاری ਹੈ ਉੱਥੇ ਵੀ ਠੰਡ ਨਾਲ ਮੌਤਾਂ ਹੋਣ ਦੀ ਖਬਰਾਂ ਆ ਰਹੀ ਹੈ ਇਹ ਦੇਖੋ ਕੁਦਰਤ ਦੇ ਰੰਗ ਆ ਦੋਸਤੋ ਬਾਕੀ ਹੁਣ ਇਟਲੀ ਦੇ ਵਿੱਚ ਵੀ ਬਦਲ ਗਿਆ ਮੌਸਮ ਦਾ ਮਜਾਜ ਅੱਜ ਆ ਪੁਲੀਏ ਸਾਡੇ ਇਲਾਕੇ ਦੇ ਵਿੱਚ ਵੀ ਚੰਗੀ ਬਾਰਿਸ਼ ਪੈ ਚੁੱਕੀ ਆ ਤੇ ਅਗਲੀ ਗੱਲ ਕਰਦੇ ਹਾਂ ਅਗਲੀ ਗੱਲ ਕਰਦੇ ਹਾਂ ਜਿਹੜੀ ਜਪਾਨ ਤੋਂ ਫੇਰ ਆ ਜਪਾਨ ਦੇ ਪ੍ਰਾਈਮ ਮਿਨਿਸਟਰ ਦੀ ਗੋਲੀਆਂ ਮਾਰ ਕੇ ਕਰ ਦਿੱਤੀ ਗਈ ਹੈ ਹੱਤਿਆ ਤੇ ਹੱਤਿਆ ਦਾ ਕਾਰਨ ਤੜੀ ਪਤਾ ਲੱਗਿਆ ਬਾਰਾ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਉਹ ਇੱਕ ਐਕਸ ਸਰਵਿਸਮੈਨ ਸੀਗਾ ਮਿਲਟਰੀ ਦੇ ਵਿੱਚੋਂ ਰਿਟਾਇਰ ਹੋਇਆ ਹੋਇਆ ਉਹਦੇ ਬਨੋਂ ਗੋਲੀਆਂ ਚਲਾਈਆਂ ਗਈਆਂ ਜਿਦੇ ਕਰਕੇ ਜਿਹੜਾ ਜਪਾਨ ਦਾ ਪ੍ਰਾਈਮ ਮਿਨਿਸਟਰ ਸੀਗਾ ਤੇ ਉਹਦੀ ਮੌਤ ਹੋ ਗਈ ਹੈ ਤੇ ਅਗਲੀ ਗੱਲ ਕਰ ਦੋਸਤੋ ਅਪਡੇਟ ਆ ਵੀ ਗੈਸ ਗੈਸ ਮੁੱਕ ਚਲੀ ਆ ਉਹ ਗੈਸ ਮੁੱਖ ਚੱਲੀ ਆ ਤੁਸੀਂ ਕਹਣਾ ਵੀ ਗੈਸ ਤਾਂ ਚੱਲੀ ਜਾਂਦੇ ਚੁੱਲ੍ਹੇ ਚੱਲੀ ਜਾਂਦੇ ਇਹ ਘਰਾਂ ਦੀ ਗੈਸ ਨਹੀਂ ਦੋਸਤੋ ਗੈਸ ਜਿਹੜੀ ਮੁੱਖ ਚੱਲੀ ਆ ਫੈਕਟਰੀਆਂਾਂ ਦੀ ਗੈਸ ਮੁੱਖ ਚੱਲੀ ਆ ਜਿਹੜੇ ਆਪਾਂ ਖਾਰੇ ਪੀਨੇ ਆ ਠੀਕ ਆ ਕੋਲ ਡਰਿੰਕ ਪੀਨੇ ਆ ਜਾਂ ਕੋਈ ਵੀ ਸੌਫਟ ਡਰਿੰਕ ਪੀਨੇ ਆ ਸਾਰੇ ਵਿੱਚ ਤੁਹਾਨੂੰ ਪਤਾ ਬਈ ਗੈਸ ਹੁੰਦੀ ਐ ਫੈਂਟਾ ਲੇਮਕਾ ਕੋਕਾ ਤੇ ਜਿਹੜਾ ਫ੍ਰੀਜ਼ਾਂਟ ਤੇ ਆਕਵਾ ਫ੍ਰੀਜ਼ਾਂਟ ਉਹਨਾਂ 'ਚ ਗੈਸ ਹੁੰਦੀ ਐ ਇਹਨਾਂ ਕੰਪਨੀਆਂ ਨੇ ਹੁਣ ਜਿਹੜੀਆਂ ਗੈਸ ਕੰਪਨੀਆਂ ਐ ਇਹਨਾਂ ਨੇ ਇਹ ਇਹ ਸੌਫਟ ਡਰਿੰਕ ਵਾਲੀਆਂ ਕੰਪਨੀਆਂ ਨੂੰ ਗੈਸ ਦੇਣ ਦੀ ਬਜਾਏ ਇਹਨਾਂ ਨੇ ਪ੍ਰੈਫਰ ਕੀਤਾ ਵੀ ਜਿਹੜੀਆਂ ਹਸਪਤਾਲ ਨੂੰ ਇਹ ਗੈਸ ਦਿੱਤੀ ਜਾਵੇ ਜਿਨ੍ਹਾਂ ਦੇ ਹਸਪਤਾਲਾਂ ਨੂੰ ਜਿਆਦਾ ਲੋੜ ਆ ਸੋ ਇਸ ਕਰਕੇ ਵੀ ਇਹ ਖਾਣਾ ਗੈਸ ਦਾ ਖਤਰਾ ਪਹਿਲਾਂ ਤਾਂ ਦੂਜੀ ਗੈਸ ਦਾ ਖਤਰਾ ਸੀਗਾ ਚੁੱਲਿਆਂ ਵਾਲੀ ਦਾ ਤੇ ਹੁਣ ਪੀਣ ਵਾਲੀ ਗੈਸ ਦਾ ਵੀ ਖਤਰਾ ਸੋ ਮੇਰੇ ਵੀਰ ਜਿਹੜੇ ਫਰਜ਼ਾਨ ਤੇ ਆਕਵਾ ਪੀਂਦੇ ਗੈਸ ਵਾਲਾ ਪਾਣੀ ਪੀਂਦੇ ਤੇ ਹੁਣ ਉਹਦਾ ਨਾਰਮਲ ਟੂਟਿਆਂ ਵਾਲੇ ਪਾਣੀ ਤੇ ਆ ਜਾਓ ਤੇ ਕਿਉਂਕਿ ਔਰ ਇਹ ਦਿਨਾਂ ਦੇ ਵਿੱਚ ਇਹ ਜਿਹੜਾ ਪਾਣੀ ਆ ਰਜ਼ਾਂਤੇ ਤੇ ਉਹ ਵੀ ਬਹੁਤ ਮਹਿੰਗਾ ਮਿਲ ਸਕਦਾ ਤੇ ਅੱਗੇ ਗੱਲ ਕਰਦੇ ਹਾਂ ਦਸ ਤੋਂ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੀ ਇਮੀਗ੍ਰੇਸ਼ਨ ਦੀ ਵੇਟ ਤੇ ਮੇਰੇ ਵੀ ਇੰਡੀਆ ਦੇ ਜਿਹੜੇ ਸੌਂਦੇ ਆ ਇਮੀਗ੍ਰੇਸ਼ਨ ਦੀ ਬਾਕੀ ਤਾਂ ਹੋਰ ਨੂਲੇ ਉਸ ਚੰਦੀ ਅੱਜ ਤੱਕ ਅੱਜ ਤੱਕ ਕੋਈ ਅਪਡੇਟ ਆਪਣੇ ਕੋਲ ਆਈ ਨਹੀਂ ਗਈ ਤੇ ਜਿਹੜੇ 2022 ਵਾਲੇ ਪੇਪਰ ਉਹਨਾਂ ਦੀ ਵੀ ਬਰੀ ਪੁੱਛਦੇ ਰਹਿੰਦੇ ਆ ਵੀਰ ਵੀਰੇ ਭਈ ਕਦੋਂ ਤੱਕ ਇਮੀਗ੍ਰੇਸ਼ਨ ਓਪਨ ਹੋਣੀ ਆ ਤਾਂ ਦੋਸਤੋ ਇੱਥੇ ਫੇਰ ਦੱਸ ਦਿੰਦੇ ਆ ਭਈ ਹਜੇ ਤੱਕ ਗਵਰਨਮੈਂਟ ਨੇ ਕੋਈ ਸਰਕਾਰੀ ਗਜ਼ੇਤੇ 'ਚ ਕੋਈ ਸਰਕਾਰੀ ਬਿਆਨ ਜਿਹੜੀ ਪੱਕੀ ਤਰੀਕ ਦਾ ਨਹੀਂ ਦਿੱਤਾ ਗਿਆ ਬਾਕੀ ਇਹਨਾਂ ਵੱਲੋਂ ਗਵਰਨਮੈਂਟ ਵੱਲੋਂ ਪਲੰਦਾ ਸਾਰਾ ਬਾਇਓ ਡਾਟਾ ਤਿਆਰ ਕਰੀ ਬੈਠੇ ਆ ਹੋ ਸਕਦਾ ਭਈ ਅਗਸਤ ਦੇ ਵਿੱਚ ਹੋ ਸਕਦਾ ਸਤੰਬਰ ਦੇ ਵਿੱਚ ਕਿਸੇ ਵੀਲੇ ਵੀ ਇਹ ਨਵੀਂ ਫਲੂਸੀ ਦਾ ਜਿਹੜਾ ਐਲਾਨ ਕਰ ਸਕਦੇ ਆ ਬਾਕੀ ਜਿੱਥੋਂ ਤੱਕ ਸਾਡਾ ਹਿਸਾਬ ਕਿਤਾਬ ਵੀ ਇਟਲੀ ਚ ਰਹਿੰਦੇ ਸੁਣਦੇ ਦੇਖਦੇ ਆ ਪਹਿਲਾਂ ਇਹਨਾਂ ਨੇ ਜਿਹੜਾ ਪਿਛਲੇ ਪੇਪਰ ਜਿਹੜੇ ਓਪਨ ਹੋਏ ਸੀਗੇ ਉਹ ਕਲੀਅਰ ਕਰਨੇ ਉਸ ਤੋਂ ਬਾਅਦ ਹੀ ਮਤਲਬ ਜਿੰਨੇ ਕੁ ਬੰਦੇ ਇੱਥੇ ਆਉਂਦੇ ਆ ਤੇ ਉਹਦੇ ਵਿੱਚੋਂ ਤੇ ਉਸ ਤੋਂ ਬਾਅਦ ਹੀ ਨਵੀਂ ਫਲੂਸੀ ਦਾ ਇਹ ਐਲਾਨ ਕਰ ਸਕਦੇ ਆ ਬਾਕੀ ਵੀਰਾਂ ਦੇ ਕਮੈਂਟ ਆ ਰਹੇ ਸੀਗੇ ਵੀ ਜੇ ਤੋਂ ਆਪਾਂ ਅੰਬੈਸੀ ਦੇ ਵਿੱਚ ਨੂਲਾ ਉਸ ਤਾਂ ਆਪਾਂ ਜਮਾ ਕਰਾਉਣਾ ਉਦੇ ਵਿੱਚ ਬਰਸ ਸਰਟੀਫੀਕੇਟ ਦੀ ਲੋੜ ਪੈਂਦੀ ਹੈ ਨਹੀਂ ਦੋਸਤੋ ਇੱਥੇ ਮੈਂ ਇਹ ਦੱਸਣਾ ਵੀ ਬਰਸ ਸਰਟੀਫਿਕੇਟ ਦੀ ਲੋੜ ਨਹੀਂ ਪੈਂਦੀਗੀ ਤੁਹਾਡੇ ਜਿਹੜਾ ਬਰਸ ਸਰਟੀਫਿਕੇਟ ਆ ਉਹਦੀ ਇਟਲੀ ਦੇ ਵਿੱਚ ਇੱਕ ਵਾਰੀ ਲੋਡ ਪੈਣੀ ਆ ਜਦੋਂ ਤੁਸੀਂ ਇੱਥੋਂ ਦੀ ਇੱਥੋਂ ਦਾ 80 ਦਾ ਪਾਸਪੋਰਟ ਲੈਣਾ ਤੇ ਵੈਸੇ ਨਹੀਂ ਲੋੜ ਪੈਣੀ ਕਿ ਜਦੋਂ ਤੁਸੀਂ ਫਾਇਲ ਜਮਾ ਕਰਾਉਣੀ ਹੈ ਨਾ ਬਰਸ ਸਰਟੀਫਿਕੇਟ ਨਾ ਤੁਹਾਡਾ ਮੈਡੀਕਲ ਲੱਗਣਾ ਉੱਥੇ ਤੇ ਉੱਥੇ ਹੁਣ ਜਿਹੜੀ ਨਵੀਂ ਅਪਡੇਟ ਅੰਬੈਸੀ ਵੱਲੋਂ ਆ ਉਹ ਹੈਲਥ ਇੰਸ਼ੋਰੈਂਸ ਭਾਲਦੇ ਆ ਤੇ ਨਾਲ ਜਿਹੜਾ ਹੈਗਾ ਕਨਫਰਮ ਟਿਕਟ ਬਈ ਉਹਨਾਂ ਨੇ ਕਨਫਰਮ ਹੀ ਕਰਤਾ ਵੀ ਤੁਹਾਨੂੰ ਬਾਦੀ ਕਨਫਰਮ ਟਿਕਟ ਲੈ ਕੇ ਆਓ ਤੁਹਾਨੂੰ ਜਹਾਜ਼ ਚੜਾਉਣਾ ਹੀ ਚੜਾਉਣਾ ਤੇ ਉਹ ਟਿਕਟ ਭਾਲਦੇ ਆ ਬਾਕੀ ਵਧੇਰੇ ਜਾਣਕਾਰੀ ਲਈ ਪਿੱਛੇ ਨੰਬਰ ਚੱਲ ਰਿਹਾ ਆਪਣਾ ਗਿੱਲ ਬਾਈ ਦਾ ਛੋਟੇ ਭਰਾ ਦਾ ਉਹਦੇ ਨਾਲ ਪ੍ਰੋਡਕਟ ਕਰ ਸਕਦੇ ਹੋ ਜਿਹੜੀ ਵੀ ਕੋਈ ਜੀ ਜਾਣਕਾਰੀ ਲੈਣੀ ਹੁੰਦੀ ਹੈ ਜਾਂ ਵੀਜ਼ੇ ਸੰਬੰਧੀ ਜਾਂ ਕੋਈ ਵੀ ਮੇਰਾ ਵੀਰ ਕੈਨੇਡਾ ਦਾ ਇਟਲੀ ਤੋਂ ਕੈਨੇਡਾ ਜਾਂਦਾ ਸ਼ਕੀਨ ਆ ਚਾਹਵਣਾ ਉਹ ਵੀ ਲੈ ਸਕਦਾ ਜਾਣਕਾਰੀ ਤੇ ਅੱਗੇ ਲਾਟ ਤੇ ਜਾਂਦੇ ਜਾਂਦੇ 200 ਕਰਾਂਸੀ ਰੇਟ ਤੇ ਨਿਗਾਹ ਮਾਰਦੇ ਆ ਕਰਾਂਸੀ ਦਾ ਜਿਹੜਾ ਯੂਰੋ ਦਾ ਰੇਟ ਚੱਲ ਰਿਹਾ 80 ਰੁਪਏ 72 ਪੈਸੇ ਇੰਡੀਆ ਦੇ ਤੇ 211 ਰੁਪਏ 9 ਪੈਸੇ ਪਾਕਿਸਤਾਨ ਦੇ ਜਿਹੜਾ ਕੈਨੇਡੀਅਨ ਡਾਲਰ ਆ ਉਹਦਾ 68 ਰੁਪਏ 25 ਪੈਸੇ ਇੰਡੀਆ ਦੇ ਤੇ 160 ਰੁਪਏ 15 ਪੈਸੇ ਪਾਕਿਸਤਾਨ ਦੇ ਆਸਟ੍ਰੇਲੀਆ ਦਾ ਡਾਲਰ ਆ 54 ਰੁਪਏ 34 ਪੈਸੇ ਇੰਡੀਆ ਦੇ 142 ਰੁਪਏ ਤੇ 21 ਪੈਸੇ ਆ ਜਿਹੜੇ ਉਹ ਪਾਕਿਸਤਾਨ ਦੇ ਜਿਹੜਾ ਪਾਉਣ ਯੂਕੇ ਲਈ ਉਹ ਚਾਰਿਆ ਦੋਸਤੋ 95 ਰੁਪਏ ਤੇ 33 ਪੈਸੇ ਇੰਡੀਆ ਦੇ 249 ਰੁਪਏ ਤੇ 26 ਪੈਸੇ ਪਾਕਿਸਤਾਨ ਦੇ ਦੁਬਈ ਦਾ ਡਰਾਮਾ 21 ਰੁਪਏ 58 ਪੈਸੇ ਇੰਡੀਆ ਦੇ ਤੇ 56 ਰੁਪਏ 42 ਪੈਸੇ ਪਾਕਿਸਤਾਨ ਦੇ ਤੇ ਯੂ ਐਸ ਏ ਦਾ ਡਾਲਰ ਆ 93 ਰੁਪਏ 26 ਪੈਸੇ ਇੰਡੀਆ ਦੇ 207 ਰੁਪਏ 24 ਪੈਸੇ ਪਾਕਿਸਤਾਨ ਦੇ ਬਾਕੀ ਦੋਸਤੋ ਇਹ ਜਿਹੜੇ ਕ੍ਰਾਂਸੇਡ ਜਿਹੜਾ ਇਹ ਤੁਹਾਨੂੰ ਪਤਾ ਹੀ ਹੈ ਇਹ ਦਹਾੜਾ ਦਹਾ ਮਿੰਟਾਂ ਬਾਅਦ ਚੇਂਜ ਹੁੰਦੇ ਰਹਿੰਦੇ ਆ ਕਿਉਂਕਿ ਸ਼ੇਅਰ ਮਾਰਕੀਟ ਆਪ ਡਾਊਨ ਹੁੰਦੀ ਰਹਿੰਦੀ ਹੈ ਹੋ ਸਕਦਾ ਜੇ ਤੁਸੀਂ ਵੀਡੀਓ ਵੇਖੋ ਤੇ ਇਹਨਾਂ ਦਾ ਥੋੜਾ ਬਹੁਤ ਫਰਕ ਪੈ ਸਕਦਾ ਜਿਆਦਾ ਨਹੀਂ ਪੈਂਦਾ ਥੋੜਾ ਬਹੁਤ ਫਰਕ ਪੈ ਸਕਦਾ ਬਾਕੀ ਮਿਲਦੇ ਆ ਅਗਲੀ ਵੀਡੀਓ ਵਿੱਚ ਦੋਸਤੋ ਅਗਲੀ ਨਵੀਂ ਜਾਣਕਾਰੀ ਦੇ ਨਾਲ ਅਗਲੀ ਅਪਡੇਟ ਦੇ ਨਾਲ ਤਦ ਤੱਕ ਜਿਵੇਂ ਆ ਗਿਆ ਸਤਿ ਸ੍ਰੀ ਅਕਾਲ ਸਾਰੇ ਨੂੰ